ਪਹਿਲਾਂ ਬਾਹਰ ਤੁਹਾਡਾ ਸ਼ਾਇਦ ਟਕਸਾਲੀਆਂ ਨਾਲ ਪੈਂਦਾ ਹੋਵੇਗਾ, ਕਮਲੇ ਬੰਦਿਆਂ ਨਾਲ ਪੈਂਦਾ ਹੋਵੇਗਾ। ਹੁਣ ਇਹ ਗੁੰਡਾਗਰਦੀ ਬੰਦ ਕਰੋ। ਰਵਦੀਪ ਹੁਣਾਂ ਨੂੰ, ਖਾਲਸਾ ਨੇ ਜਿਹੜਾ ਬਖਸ਼ੀਸ਼ ਸਿੰਘ ਆ, ਇੰਦਰਜੀਤ ਸਿੰਘ ਕਾਨਪੁਰੀ ਆ, ਜਿੰਨੇ ਬੰਦੇ ਇਹ ਕੁੱਤਪੁਣਾ ਕਰ ਰਹੇ ਆ, ਜਾਣਦੇ ਹੋ ਸਾਨੂੰ ਪਤਾ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਮੋਢਿਆਂ ਤੇ ਚੜ੍ਹ ਕੇ ਮਸ਼ਹੂਰ ਹੋਣਾ ਚਾਹੁੰਦੇ ਸੀ। ਕਿਹਨੂੰ ਭੜਕਾ ਰਿਹਾ? ਤੁਹਾਡੇ ਕੋਲ ਇੰਨੇ ਵਿਦਵਾਨ ਨੇ, ਤੁਸੀਂ ਆਪ ਕਹੋ ਤਾਂ ਜੋ ਕਹਿਣਾ, ਲੋਕਾਂ ਦੇ ਸਿਰ ਤੇ ਖਾਤੇ ਮੜੀ ਜਾਂਦੀ ਹੈ ਜਾਣੀ। ਜੇ ਤੈਨੂੰ ਪਾਪ ਲੱਗਦਾ ਧੁੰਦੇ ਨੂੰ ਦੇ ਤਾਂ ਡਾਈਆਂ, ਇਹ ਪਾਪ ਆ ਇਹ ਬੋਲ, ਜਰਾ ਪ੍ਰੋਫੈਸਰ ਨੂੰ ਕਹਿ ਤੇ ਮਹਾਪਾਪ ਆ ਬੋਲ। ਬਖਸ਼ੀਸ਼ ਨੂੰ ਲੈ ਲਾ, ਉਹਨੇ ਆਪਣੇ ਨਾਲ ਬੋਲ ਲਈ, ਬਰਾਜ ਨੂੰ ਲੈ ਲਾ, ਇੰਨੇ ਬੰਦੇ ਆ ਤੁਸੀਂ, ਲੋਕਾਂ ਨੂੰ ਕਦੇ ਕਿਹੜੇ ਲੱਗਿਆ ਤੂੰ ਵਿਚਾਰੇ? ਅਗਲੇ ਨੇ ਦੇਖਣਾ ਨੀ, ਤੁਸੀਂ ਕਹਿਣਾ ਜੇ ਇੱਡਾ ਪਾਪ ਸੀ ਪੰਥਪ੍ਰੀਤ ਕਦੇ ਨੀ ਬੋਲਦਾ? ਉਹ ਸਬਜ਼ੀਆਂ ਦੇ ਭਾਅ ਸੁਣਾ ਕੇ ਆ ਗਿਆ, ਧੁੰਦੇ ਨੇ ਮੂੰਹ ਘੁੰਮਣੀਆਂ ਕਿਉਂ ਪਾਈਆਂ? ਦਲਗੀਰ ਕਿਉਂ ਨੀ ਬੋਲਦਾ? ਹੱਕਾ ਜਿੰਨੇ ਬੰਦੇ ਆ ਤੁਹਾਡੇ, ਉਹਨੂੰ ਤਾਂ ਬੁਲਾਓ, ਤਾਂ ਫਿਰ ਲੋਕਾਂ ਨੇ ਆਪਣੇ ਮਗਰ ਬੋਲਣ ਲੱਗ ਪੈਣਾ।